ਗੁਰੂ ਕਾ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰੇ। ਅਤਿ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਗੌਹਰ, ਸਿਰੋਮਣੀ ਪ੍ਰਚਾਰਕ ਸਾਧ ਸੰਗਤ ਜੀ, ਮੇਰੇ ਖਿਆਲ ਜਦੋਂ ਬੈਠੇ ਨੇ ਘੜੀ ਤੇਜ਼ ਚੱਲਣ ਲੱਗ ਪਈ ਸੀ, ਇੰਨੀ ਛੇਤੀ 3 ਵੱਜ ਗਏ ਪਤਾ ਹੀ ਨਹੀਂ ਲੱਗਾ। ਸੋ ਧੰਨਵਾਦ ਹੈ। ਰਾਤ ਦੇ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਭਰਨਗੇ। ਮੈਂ ਬੇਨਤੀ ਕਰਾਂ ਹੱਥ ਜੋੜ ਕੇ ਸੰਗਤਾਂ ਨੂੰ, ਜਿੰਨੀਆਂ ਕੁ ਸੰਗਤਾਂ ਉੱਤੇ ਬੈਠੀਆਂ ਨੇ, ਧੰਨਤਾ ਦੇ ਯੋਗ ਨੇ। ਦਾਸ ਨੇ 2 ਬੇਨਤੀਆਂ ਕੀਤੀਆਂ ਸੀ, ਲੇਕਿਨ ਸਾਧ ਸੰਗਤ ਜੀ ਪਤਾ ਨਹੀਂ ਸੰਗਤ ਨੇ ਸੁਣਿਆ ਨਹੀਂ ਚੰਗੀ ਤਰ੍ਹਾਂ। ਦਾਸ ਨੇ ਬੇਨਤੀ ਕੀਤੀ ਵੀ ਥੱਲੇ ਭੀੜ ਨਾ ਹੋਵੇ, ਉੱਤੇ ਸੰਗਤ ਜ਼ਿਆਦਾ ਹੋਵੇ, ਪਰ ਥੱਲੇ ਪੈਰ ਰੱਖਣ ਦੀ ਥਾਂ ਨਹੀਂ ਗੀ ਅਤੇ ਉੱਤੇ ਸੰਗਤ ਬੜੀ ਘੱਟ ਹੈ। ਦਾਸ ਨੇ ਬੇਨਤੀ ਕੀਤੀ ਸਾਧ ਸੰਗਤ ਜੀ ਚੁੱਪ ਦਾ ਦਾਨ ਬਖਸ਼ਣਾ ਹੈ, ਪਰ ਰੋਲੇ ਵਾਲੀ ਵੀ ਕੋਈ ਕਸਰ ਨਹੀਂ ਛੱਡੀ ਸੰਗਤਾਂ ਨੇ, ਧੰਨਤਾ ਦੇ ਯੋਗ ਨੇ, ਮੇਰੀਆਂ ਭੈਣਾਂ ਹਰ ਕੰਮ 'ਚ ਅੱਗੇ ਨੇ। ਸੋ ਸਾਧ ਸੰਗਤ ਜੀ ਬੜੀ ਪਿਆਰ ਸਤਿਕਾਰ ਦੇ ਨਾਲ, ਸਤਿਕਾਰਯੋਗ ਸਰਦਾਰ ਕੁਲਵੰਤ ਸਿੰਘ ਜੀ 500 ਦਮੜਾ ਮਾਇਆ ਪੇਟਾ ਆਪਣੀ ਕਰਾ ਕੇ ਗਏ ਨੇ, ਸਫਲੀ ਕਰਾ ਕੇ ਗਏ ਨੇ। ਸਤਿਕਾਰਯੋਗ ਸਰਦਾਰ ਸਵਰਗਵਾਸੀ ਸਰਦਾਰ ਹਰਭਜਨ ਸਿੰਘ ਜੀ ਗਾਬਾ, ਉਹਨਾਂ ਦੀ ਮਿੱਠੀ ਯਾਦ ਵਿੱਚ ਉਹਨਾਂ ਦੇ ਸਪੁੱਤਰ ਜੱਗਾ ਗਾਬਾ ਜੀ 1100 ਦਮੜਾ ਮਾਇਆ ਸਫਲੀ ਕਰਾ ਕੇ ਗਏ ਨੇ। ਸਤਿਕਾਰਯੋਗ ਸਰਦਾਰ ਗੁਰਪਾਲ ਸਿੰਘ ਜੀ 1100 ਦਮੜਾ ਮਾਇਆ ਸਫਲੀ ਕਰਾ ਕੇ ਗਏ ਨੇ। ਮਹਾਰਾਜ ਕਿਰਪਾ ਕਰੇ। ਸਾਧ ਸੰਗਤ ਜੀ ਬੇਨਤੀ ਹੈ ਥੋੜ੍ਹਾ ਜਿਹਾ ਸਮਾਂ ਹੋਰ, ਆਪਾਂ ਇੱਥੋਂ ਉੱਠਣਾ ਨਹੀਂ ਗਾ, ਬਸ ਇਹ ਬੇਨਤੀ ਪ੍ਰਵਾਨ ਕਰ ਲਿਓ। ਅੱਜ ਦਿਨ ਦੇ ਦੀਵਾਨਾਂ ਦੀ ਇੱਕੋ ਹੀ ਬੇਨਤੀ ਹੈ ਮੇਰੀ ਲਾਸਟ, ਜਿੰਨਾ ਚਿਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮੁੱਖ ਵਾਕ ਅਸੀਂ ਸਾਰਿਆਂ ਨੂੰ ਸੁਣਿਆ, ਸਾਰੇ ਜਥੇ ਧੰਨਤਾ ਦੇ ਯੋਗ ਨੇ, ਪਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੱਜ ਦਾ ਮੁੱਖ ਵਾਕ ਕੀ ਹੈ? ਅਸੀਂ ਅਰਦਾਸ ਕਰਨੀ ਹੈ, ਮਹਾਰਾਜ ਸਿੱਖ ਕੌਮ ਦੀ ਚੜ੍ਹਦੀ ਕਲਾ ਕਰੋ, ਅਸੀਂ ਇਸੇ ਤਰ੍ਹਾਂ ਪੰਥ ਦੀ, ਗੁਰੂ ਗ੍ਰੰਥ ਦੀ ਸੇਵਾ ਕਰਦੇ ਰਹੀਏ। ਆਪਾਂ ਸਾਰਿਆਂ ਨੇ ਇਸੇ ਤਰ੍ਹਾਂ ਸਜੇ ਰਹਿਣਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮੁੱਖ ਵਾਕ ਅਰਦਾਸ ਤੋਂ ਬਾਅਦ ਲੈ ਕੇ ਸੰਗਤਾਂ ਨੂੰ ਵੇਖ ਕੇ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਬਣਾਈ ਦੀ ਹੈ। ਸਾਰੀਆਂ ਸੰਗਤਾਂ ਨੇ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਲੈ ਬਿਨਾਂ ਨਹੀਂ ਉੱਠਣਾ। ਬਸ ਥੋੜ੍ਹਾ ਜਿਹਾ ਸਮਾਂ ਹੋਰ, ਆਪਾਂ ਇਸੇ ਤਰ੍ਹਾਂ ਜੁੜੇ ਰਹੀਏ। ਸਾਧ ਸੰਗਤ ਜੀ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਵਿਧਾਇਕ ਰਾਜਕਾਲ ਠੁਕਰਾਲ ਜੀ ਪੁੱਜੇ ਨੇ, ਧੰਨਵਾਦ ਕਰਦੇ ਹਾਂ ਉਹਨਾਂ ਦਾ। ਸਤਿਕਾਰਯੋਗ ਤਿਲਕ ਰਾਜ ਬੈਟ ਜੀ, ਪੂਰਵ ਸਵਾਸਥ ਮੰਤਰੀ, ਬੀਜ ਪ੍ਰਮਾਣਿਤ ਸੰਸਥਾ ਦੇ ਅਧਿਆਕਸ, ਉਹ ਵੀ ਪੁੱਜੇ ਨੇ, ਧੰਨਵਾਦ ਕਰਦੇ ਹਾਂ। ਕੱਲ੍ਹ ਵੀ ਇਹਨਾਂ ਦੋਵੇਂ ਜਥੇਬੰਦੀਆਂ ਵੱਲੋਂ ਨਗਰ ਕੀਰਤਨ ਦੀ ਬੜੀ ਸੇਵਾ ਕੀਤੀ ਗਈ, ਮੈਂ ਸਾਰੀ ਸੰਗਤ ਵੱਲੋਂ ਧੰਨਵਾਦ ਕਰਦਾ ਹਾਂ। ਸਤਿਕਾਰਯੋਗ ਪਾਰਸ਼ਦ ਸੋਨੂੰ ਅਨੇਜਾ ਜੀ, ਬੰਸ਼ੀ ਗੁੰਬਰ ਜੀ, ਗੁਰਮੀਤ ਵਾਹੀ ਜੀ, ਸੁਰਿੰਦਰ ਮਿੱਟਾ ਜੀ, ਕਿਸ਼ਨ ਨਾਰਕ ਜੀ, ਸੁਰੇਨ ਜੀ, ਪ੍ਰਕਾਸ਼ ਖੁਰਾਣਾ ਜੀ, ਰਿਤੇਸ਼ ਜੀ, ਸੁਰਿੰਦਰ ਰੱਜੀ ਜੀ, ਅਮਿਤ ਬਾਂਗਾ ਜੀ, ਹੋਰ ਵੀ ਸਾਰੀਆਂ ਸੰਗਤਾਂ ਜੋ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਪਣੇ ਸਮੇਂ ਨੂੰ ਕੀਮਤੀ ਬਣਾਉਣ ਵਾਸਤੇ ਇੱਥੇ ਪੁੱਜੀਆਂ ਨੇ, ਧੰਨਵਾਦ ਕਰਦੇ ਹਾਂ। ਜੀ ਆਇਆਂ ਨੂੰ ਆਖਦੇ ਹਾਂ, ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਗੁਰਜੀਤ ਸਿੰਘ ਜੀ ਇੱਕ ਸ਼ਬਦ ਪੜ੍ਹ ਕੇ ਆਨੰਦ ਸਾਹਿਬ ਜੀ ਦਾ ਜਾਪ ਕਰਨਗੇ, ਉਪਰੰਤ ਆਪਾਂ ਅਰਦਾਸ ਵਿੱਚ ਹਾਜ਼ਰ ਹੋਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਇੱਕ ਫੋਨ ਥੱਲੇ ਲੰਗਰ ਹਾਲ ਦੇ ਵਿੱਚ ਡਿੱਗਾ ਕਿਸੇ ਬੀਬੀ ਦਾ, ਜੇ ਕਿਸੇ ਨੂੰ ਮਿਲਿਆ ਹੋਵੇ ਤਾਂ ਕਰੋ ਕਿਰਪਾ, ਉੱਤੇ ਆ ਕੇ ਦੇਣ ਦੀ ਕਿਰਪਾਲਤਾ ਕਰੋ। ਲੰਗਰ ਹਾਲ ਦੇ ਵਿੱਚ ਇੱਕ ਫੋਨ ਡਿੱਗਾ। ਦਾਸ ਨੇ ਪਹਿਲਾਂ ਬੇਨਤੀ ਕੀਤੀ, ਇੱਕ ਮੋਟਰਸਾਈਕਲ ਦੀ ਚਾਬੀ ਦਾਸ ਕੋਲ ਆਈ ਹੈ, ਜਿਹਦੀ ਵੀ ਹੋਵੇ ਲੈ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਹੋਈ ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਨ ਵਿਦਵਾਨ ਰਣਜੀਤ ਸਿੰਘ ਜੀ ਗੌਹਰ, ਜਿਨ੍ਹਾਂ ਨੇ ਜਿੱਥੋਂ ਕਥਾ ਦੀ ਸਮਾਪਤੀ ਕੀਤੀ, ਸੁਣੀ ਅਰਦਾਸ, ਸੁਆਮੀ ਮੇਰੇ ਸਰਬ ਕਲਾ ਬਣਿਆਈ, ਪ੍ਰਗਟ ਪਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਆਓ ਉਹੀਓ ਸ਼ਬਦ ਪੜ੍ਹ ਕੇ ਉਸ ਤੋਂ ਬਾਅਦ ਆਨੰਦ ਸਾਹਿਬ ਜੀ ਦਾ ਪਾਠ।